ਤੁਹਾਨੂੰ ਕਿਹਨੇ ਕਿਹਾ ਵੀ ਸਾਡੇ ਘਰ ਦੇ ਵਿੱਚ ਕੰਮ ਬਾਰੇ ਕਿਸੇ ਨੂੰ ਪਤਾ ਨਹੀਂ? ਤੁਸੀਂ ਐਂ ਕਰੋ, ਤੁਸੀਂ ਬਾਹਰ ਜਾ ਕੇ ਦੇਖੋ, ਮੈਂ ਅੰਦਰ ਹੀ ਬਹਿੰਦੀ ਹਾਂ। ਉਹ ਤਾਂ ਸੂਹ ਲੈਣ ਆਈ ਸੀ ਵੀ ਇਹਨਾਂ ਦੇ ਘਰ ਕੋਈ ਲੜਾਈ ਕਲੇਸ਼ ਤਾਂ ਨਹੀਂ ਹੈਗਾ। ਕਿਸੇ ਨੇ ਸਹੀ ਕਿਹਾ, ਨਵਾਂ 9 ਦਿਨ ਪੁਰਾਣਾ 100 ਦਿਨ। ਇੱਦਾਂ ਨਾ ਹੋਵੇ ਕਿ 420 ਦੇ ਕੇਸ ਵਿੱਚ ਅਰੈਸਟ ਵਾਰੰਟ ਘਰੇ ਆ ਜੇ। ਤੁਸੀਂ ਇੱਥੇ ਗਗਨ, ਪੁੱਤਾਂ ਤੇਰੀ ਭੂਆ ਨੂੰ ਚਾਹ ਦੇ ਆ, ਉਹਨੂੰ ਮਹਾਰਾਣੀ ਨੂੰ ਨਾ ਬੈੱਡ ਟੀ ਦੀ ਆਦਤ ਆ, ਐਡਾ ਦਿਨ ਚੜ ਗਿਆ ਵੀ ਬੰਦਾ ਸਾਜਰੇ ਹੀ ਉੱਠ ਜਾਵੇ। ਠੀਕ ਆ ਮੰਮੀ, ਦੇ ਆਉਣੀ। ਮੰਮੀ ਨਹੀਂ, ਕੀ ਹੋ ਗਿਆ? ਮੰਮੀ ਭੂਆ ਕਮਰੇ 'ਚ ਹੈ ਹੀ ਨਹੀਂ, ਪਤਾ ਨਹੀਂ ਕਿੱਥੇ ਗਈ। ਨਹੀਂ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ, ਤੂੰ ਤਾਂ ਡਰਾ ਕੇ ਹੀ ਰੱਖਤਾ, ਗਈ ਹੋਣੀ ਆ ਕਿਸੇ ਵਕੀਲ ਵਕੂਲ ਕੋਲੇ। ਉਹ ਵਕੀਲ ਕੋਲ ਗਏ ਹੋਣਗੇ, ਪਰ ਇੰਨੀ ਸਵੇਰੇ ਸਵੇਰੇ ਕੌਣ ਜਾਂਦਾ? ਉਹ ਪੁੱਤ ਉਹਨੂੰ ਅੱਜ ਕੱਲ ਨਾ ਸਵੇਰ ਸ਼ਾਮ ਨਹੀਂ ਦਿਸਦੀ, ਦਿਸਦੇ ਆ ਤਾਂ ਬਸ 10 ਲੱਖ ਰੁਪਈਆ। ਲਿਆ ਵਾਪਸ ਦੇ ਦੇ ਚਾਹ, ਮੈਂ ਗਰਮ ਕਰਕੇ ਦੇ ਦੂੰ। ਉਹ ਕੀ ਹੋ ਗਿਆ, ਕਿਹਨੂੰ ਦਿਸਦਾ 10 ਲੱਖ ਰੁਪਈਆ? ਉਹ ਹੋਰ ਕੀ ਦੀ, ਤੁਹਾਡੀ ਭੈਣ ਦੀ ਗੱਲ ਹੋ ਰਹੀ ਆ, ਉਹ ਜਿਹਦੀ ਅੱਖ ਨਾ ਚਾਹ ਪੀਤੇ ਵੀ ਨਾ ਖੁੱਲਦੀ ਨੀ, ਅੱਜ ਸਵੇਰੇ ਸਵੇਰੇ ਵਕੀਲ ਕੋਲ ਚੱਲ ਗਈ ਆ। ਪਰ ਮੰਮੀ ਹੈਰਾਨੀ ਵਾਲੀ ਗੱਲ ਇਹ ਆ ਕਿ ਇੰਨੀ ਸਾਜਰੇ ਵਕੀਲ ਤਾਂ ਦਫ਼ਤਰ 'ਚ ਬਹਿੰਦੇ ਹੀ ਨਹੀਂ। ਉਹ ਪੁੱਤ ਪੈਸੇ ਨਾਲ ਸਭ ਕੁਛ ਹੋ ਸਕਦਾ, ਉਹ ਮੈਨੂੰ ਹੈਰਾਨੀ ਇਸ ਗੱਲ ਦੀ ਨਹੀਂ ਕਿ ਉਹ ਵਕੀਲ ਕੋਲੇ ਗਈ ਆ, ਉਹ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਆ ਕਿ ਉਹ ਪੈਸੇ ਦੀ ਖਾਤਰ ਇੰਨੀ ਹੱਦ ਤੱਕ ਡਿੱਗ ਸਕਦੀ ਆ। ਤੁਹਾਡੀ ਭੈਣ ਨਾ ਸ਼ੁਰੂ ਤੋਂ ਹੀ ਢੀਠ ਆ। ਉਹ ਢੀਠ ਨਹੀਂ, ਉਹ ਜਿੱਦੀ ਆ ਜਿੱਦੀ, ਉਹ ਤਾਂ ਤੈਨੂੰ ਵੀ ਪਤਾ, ਪਹਿਲੀ ਗੱਲ ਤਾਂ ਉਹ ਜਿੱਦ ਕਰਦੀ ਨਹੀਂ, ਜਦੋਂ ਜਿੱਦ ਕਰਦੀ ਆ ਨਾ ਉਹਦੀ ਚੰਗੀ ਗਰਾਰੀ ਫਸ ਜਾਂਦੀ ਆ। ਸਹੀ ਗੱਲ ਆ ਡੈਡੀ ਜੀ, ਇਹ ਗੱਲ ਤਾਂ ਭੂਆ ਨੇ ਆਪ ਹੀ ਬਥੇਰੀ ਵਾਰੀ ਕਹੀ ਆ। ਗਗਨ ਉਹ ਸਾਰੀਆਂ ਗੱਲਾਂ ਇੱਕ ਪਾਸੇ, ਪਰ ਜੇ ਭੂਆ ਆਪਣੇ ਨਾਲ ਰਹਿ ਰਹੀ ਆ ਤਾਂ ਉਹਦਾ ਇਹ ਫਰਜ਼ ਤਾਂ ਬਣਦਾ ਨਾ ਕਿ ਜਿੱਥੇ ਜਾਣਾ ਉਹ ਸਾਨੂੰ ਦੱਸ ਕੇ ਜਾਂਦੀ। ਉਹ ਮੈਂ ਇੱਦਾਂ ਕਰਦਾ, ਉਹਨੂੰ ਫੋਨ ਕਰਕੇ ਪੁੱਛਦਾ ਵੀ ਉਹ ਕਿੱਥੇ ਆ। ਡੈਡੀ ਆਪਾਂ ਕਿਉਂ ਫੋਨ ਕਰਨਾ, ਜੇ ਤੁਸੀਂ ਫੋਨ ਕਰੋਗੇ ਭੂਆ ਨੂੰ ਚਮਚਾਗਿਰੀ ਹੋਈ ਲੱਗੂਗੀ, ਜਿਵੇਂ ਉਹ ਮੰਮੀ ਨੂੰ ਲਾ ਲਾ ਕੇ ਸੁੱਟਦੀ ਆ ਉਵੇਂ ਤੁਹਾਨੂੰ ਲਾ ਲਾ ਸਿੱਟੂ। ਹੋਰ ਕੀ, ਮੈਂ ਜਿੰਨੀ ਮਰਜ਼ੀ ਮਾੜੀ ਹੋਵਾਂ ਮੈਂ ਆਪਣੀ ਬੇਇੱਜ਼ਤੀ ਤਾਂ ਬਰਦਾਸ਼ਤ ਕਰ ਲੂੰ, ਪਰ ਤੁਹਾਡੀ ਨਹੀਂ। ਅਯੋ ਰੱਬਾ, ਉਹ ਆਹ ਆਪਣੇ ਘਰ 'ਚ ਕੀ ਹੋਣ ਲੱਗ ਗਿਆ, ਭੂਆ ਇੱਦਾਂ ਕਿਉਂ ਕਰਦੀ ਆ? ਉਹ ਤੂੰ ਟੈਨਸ਼ਨ ਨਾ ਲੈ ਪੁੱਤ, ਮੈਂ ਹੈਗਾ ਨਾ, ਫਿਕਰ ਨਾ ਕਰ, ਮੈਂ ਤੇਰੇ 'ਤੇ ਕਰਜ਼ਾ ਨਹੀਂ ਆਉਣ ਦਿੰਦਾ। ਉਹ ਡੈਡੀ ਗੱਲ ਕਰਜ਼ੇ ਦੀ ਨਹੀਂ ਹੈਗੀ, ਗੱਲ ਭੂਆ ਦੇ ਸੁਭਾਅ ਦੀ ਆ। ਮੈਨੂੰ ਸਮਝ ਨਹੀਂ ਆਉਂਦੀ ਪਈ ਕਿ ਆਹ ਉਹੀ ਭੂਆ ਜਿਹੜੀ ਪਹਿਲੇ ਦਿਨ ਕੈਨੇਡਾ ਤੋਂ ਆਈ ਸੀ ਸਾਨੂੰ ਲਾਡ ਪਿਆਰ ਕਰਦੇ ਹੋਏ ਥੱਕਦੀ ਨਹੀਂ ਸੀ, ਅਤੇ ਅੱਜ ਉਹੀ ਭੂਆ ਜਿਹਨੇ ਕਚਹਿਰੀਆਂ ਦੇ ਵਿੱਚ ਸਾਡੇ ਗੇੜੇ ਲੱਗਣ 'ਤੇ ਸਾਨੂੰ ਮਜਬੂਰ ਕਰੂਗੀ। ਅਮਰ, ਉਹ ਅੱਜ ਕੱਲ੍ਹ ਖੂਨ ਦਾ ਪਾਣੀ ਬਣਨ ਵਿੱਚ ਟਾਈਮ ਨਹੀਂ ਲੱਗਦਾ, ਤੂੰ ਆਪਣੇ ਤਾਇਆ ਤਾਈ ਵੱਲ ਹੀ ਵੇਖ ਲਾ, ਉਹ ਕਿਹੜਾ ਆਪਣੇ ਬਣੇ ਆ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ, ਜੇ ਭੂਆ ਵਕੀਲ ਨੂੰ ਮਿਲਣ ਗਈ ਆ ਉਹਦਾ ਸਾਰਾ ਸਮਾਨ ਕਮਰੇ 'ਚ ਹੈ ਨਹੀਂ, ਉਹ ਨਾਲ ਕਿਉਂ ਲੈ ਕੇ ਗਈ ਆ? ਹੈ ਸਮਾਨ ਨਹੀਂ ਹੈਗਾ, ਉਹ ਨਹੀਂ ਇੱਥੇ ਕਿਤੇ ਹੀ ਹੋਣਾ। ਇਹ ਕੀ ਆ ਪੁੱਤ, ਪੜ੍ਹ ਤਾਂ ਸਹੀ ਕੀ ਆ? ਹਾਂਜੀ ਮੰਮੀ, ਮੀਤੇ ਵੀਰੇ ਜਦੋਂ ਤੁਸੀਂ ਇਹ ਚਿੱਠੀ ਪੜ੍ਹੋਗੇ ਮੈਂ ਉਦੋਂ ਤੱਕ ਬਹੁਤ ਦੂਰ ਚਲੀ ਗਈ ਹੋਊਂਗੀ। ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫ਼ੀ ਮੰਗਣਾ ਚਾਹੁੰਦੀ ਹਾਂ ਕਿ ਮੈਨੂੰ ਮਜਬੂਰਨ
ਤੁਹਾਡੇ ਨਾਲ ਇੱਦਾਂ ਦਾ ਬਿਹੇਵ ਕਰਨਾ ਪਿਆ। ਮਜਬੂਰੀ ਇਹ ਸੀ ਕਿ ਮੈਂ ਚਾਹੁੰਦੀ ਸੀ ਕਿ ਭਾਬੀ ਗਗਨ ਨੂੰ ਨੂੰਹ ਨਹੀਂ ਧੀ ਬਣਾ ਕੇ ਰੱਖੇ। ਮੰਨਿਆ ਮੇਰਾ ਅਤੇ ਭਾਬੀ ਦਾ ਰਿਸ਼ਤਾ ਹੈ ਹੀ ਇੱਦਾਂ ਦਾ, ਖੱਟਾ ਮਿੱਠਾ ਅਤੇ ਕਦੇ ਕਦੇ ਕਰਾਰਾ। ਮੇਰੇ ਨਾਲ ਤਾਂ ਸਰ ਗਿਆ, ਪਰ ਗਗਨ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ। ਇਸੇ ਗੱਲ ਦਾ ਅਹਿਸਾਸ ਕਰਾਉਣਾ ਸੀ ਭਾਬੀ ਨੂੰ, ਉਹਨੂੰ ਅਹਿਸਾਸ ਹੋ ਗਿਆ। ਕਿਉਂਕਿ ਕਈ ਵਾਰ ਗਗਨ ਨੂੰ ਆਪਣੀ ਸੱਸ ਦੀ ਸਪੋਰਟ ਕਰਦਿਆਂ ਆਪਦੇ ਖਿਲਾਫ ਖੜ੍ਹੇ ਦੇਖਿਆ। ਖੈਰ ਇੱਕ ਦੂਜਾ ਕਾਰਨ ਇਹ ਵੀ ਸੀ ਕਿ ਤੁਹਾਡੇ ਪਿਆਰ ਨੇ ਮੈਨੂੰ ਵਾਪਸ ਮੁੜਨ ਨਹੀਂ ਸੀ ਦੇਣਾ ਅਤੇ ਮੇਰਾ ਵਾਪਸ ਜਾਣਾ ਬਹੁਤ ਜ਼ਰੂਰੀ ਸੀ। ਭਾਬੀ ਬੇਸ਼ੱਕ ਮੈਂ ਬੇਔਲਾਦ ਹਾਂ, ਪਰ ਇੱਥੇ ਆ ਕੇ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਮੇਰੇ ਔਲਾਦ ਨੇ, ਕਿਉਂਕਿ ਅਮਰ ਅਤੇ ਗਗਨ ਨੇ ਮੈਨੂੰ ਓਨਾ ਹੀ ਪਿਆਰ ਅਤੇ ਰਿਸਪੈਕਟ ਦਿੱਤੀ ਜਿੰਨੀ ਇੱਕ ਮਾਂ ਨੂੰ ਮਿਲਦੀ ਆ। ਮੈਂ ਆਪਣਾ ਚੰਡੀਗੜ੍ਹ ਵਾਲਾ ਪਲਾਟ ਇਹਨਾਂ ਦੇ ਨਾਮ ਕਰਕੇ ਜਾ ਰਹੀ ਹਾਂ, ਇਹ ਇਹਨਾਂ ਦੇ ਵਿਆਹ ਦਾ ਸ਼ਗਨ ਹੀ ਸਮਝ ਲਿਓ। ਭਾਬੀ ਤੂੰ ਕਰਮਾਂ ਵਾਲੀ ਹੈ, ਤੈਨੂੰ ਇੰਨੇ ਚੰਗੇ ਧੀ ਪੁੱਤ ਮਿਲੇ, ਚੰਗਾ ਪਰਿਵਾਰ ਮਿਲਿਆ, ਇਹਨਾਂ ਦੀ ਕਦਰ ਕਰਿਆ ਕਰ। ਤੇ ਮੀਤੇ ਵੀਰੇ, ਅੱਜ ਤੋਂ 8 ਸਾਲ ਪਹਿਲਾਂ ਇਸ ਘਰ ਵਿੱਚੋਂ ਵਿਦਾ ਹੋਈ ਸੀ, ਉਦੋਂ ਫਿਰ ਵੀ ਹਿੰਮਤ ਕਰਕੇ ਚਲੀ ਗਈ, ਪਰ ਹੁਣ ਫਿਰ ਤੋਂ ਇਸ ਘਰ ਤੋਂ ਵਿਦਾ ਹੋਣ ਲੱਗੇ, ਤੁਹਾਨੂੰ ਸਾਰਿਆਂ ਨੂੰ ਉਦਾਸ ਹੁੰਦੇ, ਮੇਰੇ ਤੋਂ ਦੇਖਿਆ ਨਹੀਂ ਸੀ ਜਾਣਾ, ਇਸ ਕਰਕੇ ਮੈਂ ਚੁੱਪ ਚਾਪ ਚਲੀ ਗਈ। ਇੱਥੇ ਰਹਿ ਕੇ ਜੋ ਵੀ ਮੇਰੇ ਤੋਂ ਗਲਤੀਆਂ ਹੋਈਆਂ ਉਹਨਾਂ ਲਈ ਹੱਥ ਜੋੜ ਕੇ ਮੈਂ ਮਾਫ਼ੀ ਚਾਹੁੰਦੀ ਹਾਂ। ਹੁਣ ਇਮੋਸ਼ਨਲ ਨਾ ਹੋਇਓ, ਐਨੀ ਹਾਓ ਮਿੱਟੀ ਪਾਓ ਅਤੇ ਖੁਸ਼ੀ ਮਨਾਓ। ਤੁਹਾਡੀ ਵੱਡੀ ਧੀ ਡਿੰਪਲ। ਇੱਥੇ ਕੀ ਕਰਨ ਆਏ ਹੋ? ਨਾ ਕੀ ਗੱਲ, ਸਾਰੀਆਂ ਗੱਲਾਂ ਇੱਥੇ ਗੇਟ ਤੇ ਖੜ ਕੇ ਹੀ ਕਰਨੀਆਂ ਨੇ, ਅੰਦਰ ਆਣ ਨੂੰ ਨਹੀਂ ਕਹੋਗੇ? ਹਾਂ ਕਹਿਣੀ ਆ। ਗਗਨ ਦੇਵ, ਇਹ ਜਿਹਾ ਕਿਹੜਾ ਬੰਦਾ ਆ ਗਿਆ? ਕਿਰਨ ਗੇਟ ਕੋਲ ਹੀ ਵਾਜਾਂ ਮਾਰਨ ਲੱਗ ਗਈ। ਚੱਲ ਮੇਰਾ ਦੇਖ ਕੇ ਆਈਏ। ਹਾਂ ਭਾਬੀ, ਲੱਗਦਾ ਸਾਡੀ ਭੈਣ ਲੱਭ ਗਈ। ਕਿੱਥੇ ਆ? ਮੈਨੂੰ ਮਨਪ੍ਰੀਤ ਬਾਰੇ ਕੁਛ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਆ ਕਿੱਥੇ ਨਹੀਂ। ਉਹਨੂੰ ਲੱਭਦਾ ਤਾਂ ਮੈਂ ਇੱਥੇ ਆਇਆ। ਕੀ ਕਿਹਾ? ਲੱਭਦਾ ਇੱਥੇ ਆ ਗਿਆ? ਅਸੀਂ ਆਪਣੀ ਭੈਣ ਤੇਰੇ ਨਾਲ ਵਿਆਹ ਕੇ ਤੋਰੀ ਸੀ, ਤੇ ਤੈਨੂੰ ਪਤਾ ਹੋਣਾ ਚਾਹੀਦਾ ਉਹ ਕਿੱਥੇ ਆ। ਉਹ ਕਿਤੇ ਮੇਰੀ ਭੈਣ ਨੂੰ ਕੁਛ ਕਰਤਾ ਨਹੀਂ ਦਿੱਤਾ? ਸੱਚੋ ਸੱਚ ਦੱਸ ਦੇ। ਨਾ, ਇਹਨੂੰ ਵਿਚਾਰੇ ਨੂੰ ਛੱਡ ਦੇ, ਇਹਦਾ ਕੋਈ ਕਸੂਰ ਨਹੀਂ ਹੈਗਾ। ਕਿਉਂ ਮਾਸੀ, ਆਪਦੀ ਵਾਰੀ ਬੜੀ ਤਕਲੀਫ ਹੁੰਦੀ ਹੈ ਤੈਨੂੰ ਆਪਦੇ ਪੁੱਤ ਨੂੰ ਇੱਦਾਂ ਦੇਖ ਕੇ, ਤੇ ਮੇਰੀ ਭੈਣ ਜਿਹੜੀ ਲੱਭਦੀ ਨਹੀਂ ਪਈ, ਉਹਦਾ ਦੱਸੋ ਕੀ ਕਸੂਰ ਆ? ਵੀਰੇ, ਉਹ ਉਸੇ ਗੱਲ ਦੀ ਤਾਂ ਮਾਫ਼ੀ ਮੰਗਣ ਆਏ ਹਾਂ। ਸਾਨੂੰ ਉਹਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਧਰ ਗਈ। ਆਹ ਗੱਲਾਂ ਕਹਿ ਕੇ ਤਾਂ ਤੁਸੀਂ ਪੱਲਾ ਛਡਾਉਣ ਦੀ ਕੋਸ਼ਿਸ਼ ਕਰਦੇ ਪਏ ਹੋ। ਜੇ ਉਹਨੇ ਘਰੋਂ ਪੈਰ ਪੱਟਿਆ ਵੀ ਆ, ਕਿਤੇ ਗਈ ਵੀ ਆ, ਤਾਂ ਉਹਦੀ ਕੋਈ ਨਾ ਕੋਈ ਵਜ੍ਹਾ ਤਾਂ ਹੋਊਗੀ ਨਾ। ਪੁੱਤ, ਕਿਹਾ ਸੁਣੀ ਕਿਹੜੇ ਘਰ 'ਚ ਨਹੀਂ ਹੁੰਦੀ? ਸਾਨੂੰ ਲੱਗਿਆ ਉਹ ਲੜ ਕੇ ਪੇਕੇ ਗਈ ਹੋਣੀ ਆ, ਆਪਣੀ ਮਰਜ਼ੀ ਨਾਲ ਗਈ ਹੈ ਅਤੇ ਆਪਣੀ ਮਰਜ਼ੀ ਨਾਲ ਆ ਜਾਊਗੀ। ਅਸੀਂ ਇਸੇ ਭੁਲੇਖੇ ਰਹਿ ਗਏ ਸੀਗੇ ਕਿ ਉਹ ਆਪਣੇ ਪੇਕੇ ਹੀ ਹੋਣੀ ਆ, ਪਰ ਸਾਨੂੰ ਥੋੜ੍ਹੀ ਪਤਾ ਸੀਗਾ ਕਿ ਉਹ ਇੱਥੇ ਵੀ ਨਹੀਂ ਹੈਗੀ। ਉਹ ਕਿੰਨਾ ਬਸ਼ਰਮ ਅਤੇ ਝੂਠਾ ਬੰਦਾ ਤੂੰ!
ਉਹ ਦਿਨ ਰੱਖੜੀ ਵਾਲੇ ਦਿਨ ਫਿਰ ਕਿਉਂ ਝੂਠ ਬੋਲਦੇ ਸੀ ਕਿ ਮਨਪ੍ਰੀਤ ਨਾਨਕੇ ਗਈ ਹੋਈ ਆ? ਮਨਪ੍ਰੀਤ ਬਾਹਰ ਗੁਰਚਰਨ ਤੇ ਉਹਦੀ ਮਾਂ ਆਈ ਹੋਈ ਆ। ਭਾਬੀ ਮੈਂ ਤਾਂ ਹੀ ਕਹਿ ਰਹੀ ਸੀ, ਅੱਜ ਜ਼ਰੂਰ ਕੁਛ ਨਾ ਕੁਛ ਗਲਤ ਹੋਊਗਾ। ਕੁਛ ਗਲਤ ਨਹੀਂ ਹੁੰਦਾ, ਤੇਰੇ ਵੀਰੇ ਹੁਣੀ ਹੈਗੇ ਆ ਨਾ, ਆ ਜਾ ਆਪਾਂ ਸੁਣੀਏ ਕਹਿੰਦੇ ਕੀ ਆ। ਅਸਲ 'ਚ ਨਾ ਤੁਹਾਡੇ ਫੋਨ ਕਰਨ 'ਤੇ ਸਾਨੂੰ ਪਤਾ ਲੱਗਿਆ ਸੀ ਵੀ ਮਨਪ੍ਰੀਤ ਪੇਕੇ ਵੀ ਨਹੀਂ ਹੈਗੀ, ਤਾਂ ਅਸੀਂ ਡਰ ਗਏ ਸੀਗੇ ਤੇ ਝੂਠ 'ਤੇ ਝੂਠ ਬੋਲਦੇ ਗਏ। ਉਹ ਤੁਹਾਡਾ ਝੂਠ ਤਾਂ ਮੇਰੀ ਧੀ 'ਤੇ ਭਾਰੀ ਪੈ ਗਿਆ ਨਾ, ਤੁਹਾਡਾ ਤਾਂ ਕੁਛ ਨਹੀਂ ਵਿਗੜਿਆ। ਉਹ ਮੇਰੀ ਧੀ ਦਾ ਜੇ ਉਦੋਂ ਹੀ ਪਤਾ ਲੱਗ ਜਾਂਦਾ ਮੈਂ ਆਪੇ ਲੱਭ ਲੈਂਦੀ। ਹੁਣ ਸਾਰੇ ਜਾਣੇ ਇੱਥੇ ਮੌਜੂਦ ਨੇ, ਉਹ ਹੈਗੀ ਤਾਂ ਮੇਰੀ ਧੀ ਨਹੀਂ, ਉਹਦਾ ਜ਼ਿੰਮੇਵਾਰ ਕੌਣ ਹੈ? ਮੰਮੀ ਇਸੇ ਕਰਕੇ ਤਾਂ ਅਸੀਂ ਇੱਥੇ ਆਏ ਹਾਂ ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਉਹਨੂੰ ਲੱਭ ਸਕੀਏ। ਖਬਰਦਾਰ ਜੇ ਆਪਣੀ ਗੰਦੀ ਜਵਾਨ ਤੋਂ ਮੈਨੂੰ ਮੰਮੀ ਕਿਹਾ, ਮੈਂ ਤੇਰੀ ਮੰਮੀ ਨਹੀਂ ਲੱਗਦੀ। ਮੈਂ ਤੁਹਾਡੇ ਗੁੱਸੇ ਨੂੰ ਸਮਝਦਾ ਤੇ ਤੁਹਾਡਾ ਗੁੱਸਾ ਜਾਇਜ਼ ਵੀ ਆ, ਪਰ ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਥੋੜ੍ਹੀ ਜਾਣਦੇ ਹਾਂ ਵੀ ਅਸੀਂ ਥਾਂ ਥਾਂ ਜਾ ਕੇ ਉਹਨੂੰ ਲੱਭ ਲਈਏ। ਇਸੇ ਕਰਕੇ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਤਾਂ ਜੋ ਆਪਾਂ ਮਨਪ੍ਰੀਤ ਨੂੰ ਲੱਭ ਸਕੀਏ। ਜਿਹੜੇ ਰਿਸ਼ਤੇਦਾਰਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਕਿ ਉਹਨਾਂ ਦੇ ਜਾ ਕੇ ਦੇਖ ਲਈਏ, ਜਾਂ ਜਿਹੜੇ ਸਾਡੇ ਰਿਸ਼ਤੇਦਾਰਾਂ ਨੂੰ ਤੁਸੀਂ ਜਾਣਦੇ ਨਹੀਂ ਉਹਨਾਂ ਸਾਰਿਆਂ ਦੇ ਅਸੀਂ ਜਾਇਆ ਏ ਦੇਖ ਆਏ, ਕਿਤੇ ਨਹੀਂ ਹੈਗੀ ਮਨਪ੍ਰੀਤ। ਉੱਥੇ ਉੱਥੇ ਛੱਡੋ, ਅਸੀਂ ਮਨਪ੍ਰੀਤ ਦੀਆਂ ਸਹੇਲੀਆਂ ਦੇ ਘਰ ਵੀ ਜਾ ਕੇ ਆਏ ਹਾਂ, ਕਿਉਂਕਿ ਸਾਨੂੰ ਉਸੇ ਦਿਨ ਹੀ ਤੁਹਾਡੇ 'ਤੇ ਸ਼ੱਕ ਹੋ ਗਿਆ ਸੀ ਜਦੋਂ ਅਸੀਂ ਤੁਹਾਨੂੰ ਫੋਨ ਕੀਤਾ ਸੀ। ਹੁਣ ਆਊਗਾ ਭਾਬੀ ਸਵਾਦ, ਵੀਰੇ ਨੇ ਚੰਗਾ ਉਡੀਕੇ ਲੈ ਲਿਆ ਇਸ ਬੇਈਮਾਨ ਇਨਸਾਨ ਨੂੰ। ਸਹੀ ਕਿਹਾ ਮਨਪ੍ਰੀਤ, ਕਹਿੰਦੇ ਹੁੰਦੇ ਆ ਨਾ ਵੀ ਝੂਠ ਦੇ ਪੈਰ ਨਹੀਂ ਹੁੰਦੇ, ਦੇਖੀ ਚੱਲ ਇਹਨਾਂ ਨੇ ਹੁਣੇ ਫੜੇ ਰਿਹਾਣਾ। ਫਿਰ ਮਨਪ੍ਰੀਤ ਗਈ ਤਾਂ ਗਈ ਕਿੱਥੇ? ਮੈਨੂੰ ਆਪਣੇ ਆਪ 'ਤੇ ਗੁੱਸਾ ਆ ਰਿਹਾ ਹੁਣ ਕਿ ਜੇ ਉਸ ਦਿਨ ਸਾਡੀ ਥੋੜ੍ਹੀ ਬਹੁਤ ਅਣਬਣ ਹੋਈ ਵੀ ਸੀ, ਮੈਂ ਉਹਨੂੰ ਮਨਾ ਲੈਂਦਾ ਉਸ ਦਿਨ, ਤਾਂ ਅੱਜ ਇਹ ਨੌਬਤ ਨਾ ਆਉਂਦੀ। ਹਾਂ ਉਹ ਭਾਬੀ ਕਿੰਨਾ ਝੂਠਾ, ਮੈਨੂੰ ਮਨਾਉਣਾ ਸੀ ਇਹਨੇ। ਉਹ ਇਹ ਤਾਂ ਆਪਣੀ ਗਰਲਫ੍ਰੈਂਡ ਨਾਲ ਘੁੰਮਦਾ ਫਿਰਦਾ ਸੀ, ਮੇਰੀ ਅੱਖਾਂ ਸਾਹਮਣੇ ਘਰ 'ਚ ਇਸ਼ਕ ਲੜਾਉਂਦੇ ਫਿਰਦੇ ਸੀ, ਮਨਾਉਣਾ ਸੀ ਇਹਨੇ ਮੈਨੂੰ। ਨੀ ਹੌਲੀ ਬੋਲ, ਹੋਰ ਨਾ ਸਾਰੇ ਕਿੱਤੇ ਕਿਰਾਏ ਦੇ ਉੱਤੇ ਪਾਣੀ ਪੈ ਜਾਵੇ, ਪਤਾ ਲੱਗ ਜਾਣਾ ਉਹਨਾਂ ਨੂੰ ਵੀ ਤੂੰ ਇੱਥੇ ਹੀ ਆ। ਸਹੀ ਉਹ ਕਹਿੰਦਾ ਗੁਰਚਰਨ, ਮਨਪ੍ਰੀਤ ਦੀ ਵੀ ਕਿਤੇ ਨਾ ਕਿਤੇ ਉਨੀ ਹੀ ਗਲਤੀ ਆ ਜਿੰਨੀ ਤੁਸੀਂ ਗੁਰਚਰਨ ਦੀ ਕੱਢਦੇ ਹੋ। ਮੇਰੇ ਕਹਿਣ ਦਾ ਮਤਲਬ, ਮਨਪ੍ਰੀਤ ਨੇ ਐਡਾ ਵੱਡਾ ਸਟੈਪ ਚੁੱਕਿਆ, ਉਹਨੂੰ ਇੱਕ ਵਾਰ ਸਹੁਰਿਆਂ ਜਾਂ ਪੇਕਿਆਂ ਦਾ ਸੋਚਣਾ ਚਾਹੀਦਾ ਸੀ। ਉਹਦੀ ਜ਼ਿੰਮੇਵਾਰੀ ਬਾਰੇ ਬੜਾ ਪਤਾ ਤੁਹਾਨੂੰ, ਤੁਹਾਡੀ ਕੀ ਜ਼ਿੰਮੇਵਾਰੀ ਆ ਉਹ ਨਹੀਂ ਪਤਾ ਤੁਹਾਨੂੰ? ਹਾਂ ਹੁਣ ਤਾਂ ਸਾਡੀ ਭੈਣ ਤੁਹਾਨੂੰ ਗਲਤ ਲੱਗਦੀ ਹੈ, ਉਹ ਜੇ ਐਡੀ ਹੋਈ ਗੱਲ ਸੀ ਸਾਡੇ ਨਾਲ ਆ ਕੇ ਇੱਕ ਵਾਰ ਗੱਲ ਕਰਦੇ, ਅਸੀਂ ਆਪਣੀ ਭੈਣ ਨੂੰ ਸਮਝਾਉਂਦੇ। ਦੇਵ ਇਹਨੇ ਕੀ ਗੱਲ ਕਰਨੀ ਸੀ ਆ ਕੇ ਆਪਣੇ ਨਾਲ, ਇਹ ਤਾਂ ਗੱਡੀਆਂ 'ਚ ਝੂਟੇ ਦਿੰਦਾ ਫਿਰਦਾ ਸੀ ਕੁੜੀਆਂ ਨੂੰ। ਵੀਰੇ ਕਿਹੜੀ ਕੁੜੀਆਂ ਦੀ ਗੱਲ ਕਰਦੇ ਹੋ ਤੁਸੀਂ? ਮੇਰੀ ਜ਼ਿੰਦਗੀ 'ਚ ਮਨਪ੍ਰੀਤ ਤੋਂ ਬਿਨਾਂ ਕੋਈ ਕੁੜੀ ਨਹੀਂ ਹੈਗੀ। ਮੈਂ ਮਨਪ੍ਰੀਤ ਨੂੰ ਪਿਆਰ ਕਰਦਾ ਸੀ, ਕਰਦਾ ਹਾਂ, ਅਤੇ ਤਾਂ ਹੀ ਉਹਦੀਆਂ ਸਾਰੀਆਂ ਸ਼ਰਤਾਂ ਮੰਨੀਆਂ ਸੀ ਮੈਂ। ਆਹੋ ਪਤਾ ਮੈਨੂੰ ਕਿੰਨਾ ਕੁ ਪਿਆਰ ਕਰਦਾ ਸੀ, ਇਹਨੇ ਮੇਰੇ ਨਾਲ ਵਿਆਹ ਸਿਰਫ ਬਦਲਾ ਲੈਣ ਨੂੰ ਕਰਾਇਆ ਸੀ। ਉਹ ਤੂੰ ਭੌਂਕਦਾ ਭੌਂਕੀ ਜਾਣ ਦੇ, ਤੇਰੇ ਵੀਰੇ ਹੁਣ ਵੀ ਤਾਂ ਹੀ ਗੱਲਾਂ ਸੁਣਦੇ ਪਏ ਨੇ ਤਾਂ ਕਿ ਪਤਾ ਲੱਗ ਸਕੇ ਵੀ ਕਿਸ ਹੱਦ ਤੱਕ ਝੂਠ ਬੋਲਦਾ ਉਹ। ਉਹ ਝੂਠ ਨਾ ਬੋਲ, ਤੇਰੀ ਹਕਲਾਟ ਤੋਂ ਹੀ ਪਤਾ ਲੱਗਦਾ ਕਿੰਨੀ ਕੁ ਸੱਚਾਈ ਆ ਤੇਰੀਆਂ ਗੱਲਾਂ 'ਚ। ਉਹ ਜਿਹੜੀ ਕੁੜੀ ਦੀ ਮੈਂ ਗੱਲ ਕਰਦਾ ਨਾ, ਮੈਂ ਆਪ ਦੇਖਿਆ ਉਹਨੂੰ ਗੱਡੀ 'ਚ ਘੁੰਮਦੇ ਤੇਰੇ ਨਾਲ, ਅਤੇ ਤੂੰ ਮੈਨੂੰ ਬਿਜ਼ਨਸ ਕਲਾਇੰਟ ਕਹਿ ਕੇ ਚਾਰਤਾ ਸੀ। ਮੈਂ ਕੋਈ ਝੂਠ ਥੋੜ੍ਹੀ ਬੋਲਿਆ ਜੀ, ਉਹ ਜਿਹਨੂੰ ਤੁਸੀਂ ਮੇਰੀ ਗਰਲਫ੍ਰੈਂਡ ਸਮਝੀ ਜਾਂਦੇ ਹੋ ਉਹ ਸੱਚੀ ਹੋਈ ਮੇਰੀ ਬਿਜ਼ਨਸ ਕਲਾਇੰਟ ਆ। ਅਤੇ ਰੱਖੜੀ ਵਾਲੇ ਦਿਨ ਜਦੋਂ ਮੈਂ ਅਤੇ ਦੇਵ ਤੁਹਾਡੇ ਘਰੇ ਗਏ ਸੀ, ਬਾਹਰ ਤਾਂ ਤੁਹਾਡੇ ਜਿੰਦਾ ਲੱਗਿਆ ਹੋਇਆ ਸੀ, ਅਤੇ ਉਹ ਉੱਥੇ ਕੀ ਕਰਦੀ ਸੀ? ਅਤੇ ਤੀਜੀ ਵਾਰ
ਜਦੋਂ ਅਸੀਂ ਸਾਰੇ ਜਾਣੇ ਸਵੇਰੇ ਸਵੇਰੇ ਤੁਹਾਡੇ ਘਰ ਆਏ ਸੀ ਉਦੋਂ ਉੱਥੇ ਕੀ ਕਰਦੀ ਸੀ? ਕਰਦੀ ਸੀ ਇਹਦੀ ਮਾਂ ਦਾ ਸਿਰ, ਲੱਗਦਾ ਉਹਦੇ ਥੱਪੜ ਪਿਆ ਭੁੱਲ ਗਏ। ਉਦਣ ਮੇਰੇ ਤੋਂ ਹੀ ਗਲਤੀ ਹੋ ਗਈ, ਉਹਦੇ ਨਾਲ ਨਾਲ ਤੇਰੀ ਵੀ ਗੱਲ ਸੇਕੀ ਹੁੰਦੀ ਨਾ। ਆ ਜਿਹੜਾ ਕਹਿੰਦਾ ਮੈਂ ਮਨਪ੍ਰੀਤ ਨੂੰ ਪਿਆਰ ਕਰਦਾ, ਮਨਪ੍ਰੀਤ ਨੂੰ ਪਿਆਰ ਕਰਦਾ ਨਾ, ਸਾਰਾ ਪਤਾ ਲੱਗ ਜਾਂਦਾ। ਇਹ ਗੱਲ ਕਹਿਣ ਤੋਂ ਪਹਿਲਾਂ 100 ਵਾਰੀ ਸੋਚਦਾ। ਭੈਣ ਜੀ, ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਆ, ਆਪਾਂ ਤਾਂ ਵੱਡੇ ਆ ਨਾ, ਆਪਾਂ ਉਹਨਾਂ ਨੂੰ ਸਮਝਾਉਣਾ ਆ, ਗੱਲ ਵਧਾਉਣੀ ਥੋੜ੍ਹਾ ਆ। ਚੁੱਪ ਕਰਨੀ, ਇੱਥੇ ਸਾਡੀ ਕੁੜੀ ਨਹੀਂ ਲੱਭਦੀ, ਆਪ ਲੱਗੀ ਹੋਈ ਗੱਲ ਵਧਾਉਣੀ ਨਹੀਂ, ਗੱਲ ਵਧਾਉਣੀ, ਗੱਲ ਵਧਾਉਣੀ ਕੀ, ਗੱਲ ਤਾਂ ਵੱਧ ਗਈ, ਵਧਣੀ ਛੱਡ, ਹੁਣ ਤਾਂ ਗੱਲ ਵਿਗੜ ਗਈ। ਮਾਤਾ, ਇਹਨਾਂ ਦੇ ਪਰਿਵਾਰ 'ਚ ਕੌਣ ਨਹੀਂ ਵਿਗੜਿਆ ਹੋਇਆ? ਜਿਹੋ ਜਿਹੇ ਕੋਕੋ ਉਹੋ ਜਿਹੇ ਉਹਨਾਂ ਦੇ ਨਿਆਣੇ, ਪਹਿਲਾਂ ਪਿਓ ਦੋ ਦੋ ਸਾਂਭੀ ਫਿਰਦਾ, ਹੁਣ ਇਹ ਦੋ ਦੋ ਸਾਂਭਣ ਨੂੰ ਫਿਰਦਾ। ਇਹ ਭੁੱਲ ਗਏ ਕਿ ਇਹਨਾਂ ਦਾ ਮੱਥਾ ਕਿਹਦੇ ਨਾਲ ਲੱਗਿਆ। ਉਹ ਅਸੀਂ ਉਹਨਾਂ ਪੇਕਿਆਂ ਦੇ ਵਿੱਚੋਂ ਨਹੀਂ ਹੈਗੇ ਜਿਹੜੇ ਕੁੜੀ ਦੇ ਕੇ ਭੁੱਲ ਜਾਂਦੇ ਆ। ਅਸੀਂ ਆਪਣੀ ਭੈਣ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਉਹਦੇ ਹਰ ਦੁੱਖ ਹਰ ਤਕਲੀਫ ਦੇ ਵਿੱਚ ਨਾਲ ਖੜ੍ਹੇ ਹਾਂ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇੰਨਾ ਗੰਦਾ ਖਾਨਦਾਨ ਆ, ਅਸੀਂ ਇੱਥੇ ਰਿਸ਼ਤਾ ਹੀ ਨਾ ਕਰਦੇ, ਘੱਟੋ ਘੱਟ ਸਾਡੀ ਭੈਣ ਦੀ ਜ਼ਿੰਦਗੀ ਤਾਂ ਨਾ ਖਰਾਬ ਹੁੰਦੀ। ਜੇ ਘਰ ਦੇ ਵਿੱਚ ਇੱਕ ਜਣੇ ਨੇ ਗਲਤੀ ਕੀਤੀ ਆ ਤਾਂ ਤੁਸੀਂ ਸਾਰਿਆਂ ਨੂੰ ਨਾ ਬੋਲੋ, ਮੇਰੇ ਘਰ ਵਾਲੇ ਨੇ ਗਲਤੀ ਕੀਤੀ ਆ ਪਰ ਮੇਰੇ ਪੁੱਤ ਨੂੰ ਨਾ ਬੋਲੋ। ਮੈਂ ਮਨਪ੍ਰੀਤ ਨੂੰ ਹਮੇਸ਼ਾ ਆਪਣੀ ਧੀ ਬਣਾ ਕੇ ਰੱਖਿਆ, ਨੂੰਹ ਨਹੀਂ ਕਦੇ ਸਮਝਿਆ ਸੀਗਾ। ਮੰਮੀ, ਮੰਮੀ ਕੀ ਹੋ ਗਿਆ? ਮੰਮੀ, ਮੰਮੀ ਅੱਖਾਂ ਖੋਲੋ, ਮੰਮੀ, ਮੰਮੀ, ਮੰਮੀ ਕੀ ਹੋਇਆ? ਉੱਠੋ ਮੰਮੀ, ਆਜੋ ਆਜੋ, ਅੰਦਰ ਆਜੋ, ਅੰਦਰ ਆਜੋ, ਅੰਦਰ ਆਜੋ, ਅੰਦਰ ਆਜੋ, ਅੰਦਰ ਆਜੋ, ਅੰਦਰ ਆਜੋ, ਦਰਵਾਜ਼ਾ ਲਾ ਦੇ, ਹੁਣ ਜਾਣ ਨਹੀਂ ਦੇਣੇ।